ਯੋ ਸਭ ਕਿਦੜੀ ਕੀ ਹਾਲ ਚਾਲਾ ਠੀਕ ਠਾਕ ਹੋ ਜੀ ਸਾਰੇ ਅੱਜ ਆਪਾਂ ਗੱਲ ਕਰਨੀਆਂ ਪੰਜ ਗੱਡੀਆਂ ਦੀ ਜਿਹੜੀਆਂ ਮੁੰਡੇ ਖੁੰਡੇ ਪਸੰਦ ਕਰਦੇ ਆ ਤੇ ਜਿਹੜੀਆਂ ਤੁਸੀਂ ਬਾਈ ਕਰ ਸਕਦੇ ਹੋ ਜੇ ਤੁਸੀਂ ਕਦੀ ਨਹੀਂ ਦੇਖੀਆਂ ਕਿੱਥੋਂ ਬਾਈ ਕਰਨੀਆਂ ਕਿੱਥੋਂ ਵਧੀਆ ਡੀਲ ਲੱਭ ਸਕਦੇ ਆ ਭਰਾ ਤੁਹਾਡਾ ਬੈਠਾ ਹੈ ਸੋ ਪਹਿਲੇ ਉਹ ਪੰਜ ਗੱਡੀਆਂ ਆ ਜਿਹੜੀਆਂ ਚਾਰ ਮਸਲਕਾਰ ਆ ਇੱਕ ਜਰਮਨ ਆ ਮੈਂ ਕਹੇ ਚਾਰ ਮਸਲ ਦੇ ਵਿੱਚ ਇੱਕ ਜਰਮਨ ਵੀ ਘੁਮਾ ਦਈਏ ਬ੍ਰੈਂਡ ਨਿਊ ਮਸਟੈਂਗ ਮਸਟੈਂਗ ਦਾ ਪ੍ਰਾਈਸ ਹੈ ਜੀ 31000 31000 ਤੇ ਦੂਜੀ ਆ ਕਮੈਰੋ ਉਹਦਾ ਪ੍ਰਾਈਸ ਆ 29000 ਡਾਲਰ ਤੀਜੇ ਤੇ ਹੈਗੀ ਆ ਜੀ ਡੋਜ ਚੈਲੈਂਜਰ 32000 ਦੀ ਸਟਾਰਟਿੰਗ ਪ੍ਰਾਈਸ ਆ ਇਹਦਾ ਐਂਡ ਫਿਰ ਉਸ ਤੋਂ ਬਾਅਦ ਆਈਂਦੀ ਆ ਚਾਰਜਰ 35702 ਐਂਡ ਉਸ ਤੋਂ ਬਾਅਦ ਆਈਂਦੀ ਆ BMW 3 ਸੀਰੀਜ਼ ਜਿਹੜੀ 50000 ਡਾਲਰ ਤੋਂ ਸਟਾਰਟ ਹੁੰਦੀ ਆ 50000 ਡਾਲਰ ਕੈਨੇਡੀਅਨ ਜਿਹੜੀਆਂ ਤੁਹਾਡੇ ਲਈ ਮੈਗੜੀ ਲੱਭੀਆਂ ਨਾ ਉਹ ਹੈਗੀਆਂ ਥੋੜੀਆਂ ਸਸਤੀਆਂ ਜਿਹੜੀਆਂ ਸਾਰੀਆਂ ਹੈਗੀਆਂ 17500 ਡਾਲਰ ਤੋਂ ਸਸਤੀਆਂ ਕੈਨੇਡੀਅਨ ਅਨਪਾ ਇੱਕ ਇੱਕ ਕਰਕੇ ਉਹ ਗੱਡੀਵਾਲ ਦੇਖਦੇ ਆਂ ਜੇ ਤੁਸੀਂ ਬਾਈ ਕਰਨੀ ਆ ਕਾਰ ਜਾਂ ਤੁਸੀਂ ਸਰਚ ਨਹੀਂ ਕਰਨਾ ਚਾਹੁੰਦੇ ਗੱਡੀ ਇਹ ਵਾਲੀ ਤੁਸੀਂ ਮੈਨੂੰ ਇੰਸਟਾਗ੍ਰam ਮੇਰੇ ਇੱਥੇ ਆ ਰਿਹਾ ਹੋਗਾ ਸਿੱਧਾ ਹੀ ਮੈਸੇਜ ਕਰ ਲਿਓ ਧੰਨਵਾਦ ਲਿੰਕ ਭੇਜ ਦੂੰਗਾ ਗੱਡੀ ਦਾ ਤੁਸੀਂ ਸਿੱਧਾ ਹੀ ਦੇਖ ਸਕਦੇ ਹੋ ਕਿੱਥੇ ਲੱਗੀ ਆ ਜੇ ਤੁਸੀਂ ਬਾਈ ਕਰਨੀ ਆ ਸੋ ਇਹ ਵੀਡੀਓ ਸਪான்ਸਰਡ ਨਹੀਂ ਹੈ ਜੀ ਮੈਂ ਪਹਿਲੇ ਦੱਸਦਾ ਜਿਹੜੀ ਫਰਸਟ ਕਾਰ ਮੈਂ ਤੁਹਾਡੇ ਲਈ ਲੱਭੀ ਆ ਇਹ 2013 ਮਾਡਲ BMW 3 ਸੀਰੀਜ਼ ਆ ਐਂਡ 6 ਸਿਲੰਡਰ ਇਹਦਾ ਇੰਜਨ ਆ 3700 ਸੀਸੀ 300 ਹਾਰਸ ਪਾਵਰ ਆ ਤੇ 1 ਲੱਖ 20 ਚੱਲੀ ਆ ਸਭ ਤੋਂ ਪਹਿਲੇ ਮੈਂ ਇੱਕ ਗੱਲ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਜਰਮਨ ਕਾਰ ਆ ਪ੍ਰੋਬਲਮ ਆ ਸਕਦੀ ਆ ਮੇਕ ਸ਼ੂਰ ਕਰ ਲਿਓ ਕਿ ਤੁਹਾਨੂੰ ਐਕਸਟੈਂਡਡ ਵਾਰੰਟੀ ਮਿਲ ਜੇ ਨਹੀਂ ਤੇ ਨਾ ਹੀ ਲਿਓ ਮੇਰੇ ਹਿਸਾਬ ਨਾਲ ਅਕੋਰਡਿੰਗ ਟੂ ਮੀ ਤੋ ਆਪਾਂ ਇਹਦੀਆਂ ਫੋਟੋਸ ਦੇਖਦੇ ਆ ਜੇ ਆਪਾਂ BMW 3 ਸੀਰੀਜ਼ ਦੀ ਫੋਟੋਆਂ ਦੀ ਗੱਲ ਕਰੀਏ ਅੱਗੇ ਉਹ ਫਰੰਟ ਅਗਰੈਸਿਵ ਬੰਪਰ ਲੱਗਿਆ ਕਿਉਂਕਿ ਐਮ 4 ਪੈਕੇਜ ਲੱਗਾ ਆ ਇਹਦੇ ਚ ਐਂਡ LED DRLs ਵੀ ਹੈਗੇ ਆ ਜਿਹੜੇ ਕੀ ਸੋਹਣੇ ਲੱਗਦੇ ਆ ਆਊਟਡੇਟਡ ਨਹੀਂ ਲੱਗਦੇ ਕਿਉਂਕਿ ਪੁਰਾਣੀ ਗੱਡੀਜ਼ੋਂ ਆਪਾਂ ਵੇਖਦੇ ਆ ਪੱਗ ਜਾ ਕੇ ਦੇਖਦੇ ਆ ਯਾਰ ਆਪਡੇਟਡ ਤੇ ਨਹੀਂ ਲੱਗਦੀ ਸੋ ਬਿਲਕੁਲ ਵੀ ਆਪਡੇਟਡ ਨਹੀਂ ਲੱਗਦੀ ਫੋਟੋਸ ਚ ਪਹਿਲੇ ਗੇਜ ਕਲਸਟਰ ਦੇਖ ਲਓ ਦਾ ਇਦਾਂ ਦਾ ਗੇਜ ਕਲਸਟਰ ਆ ਇਹਦਾ ਐਂਡ ਸਟੀering ਦੇਖ ਲਓ ਐਮ ਸਪੋਰਟ ਸਟੀering ਵੀਲ ਆ ਐਂਡ ਸਕਰੀਨ ਲੱਗੀ ਆ ਆਪਣੇ ਐਸ ਪ੍ਰਾਈਸ ਪੁਆਇੰਟ ਹੁੰਦਾ ਵੀ ਯਾਰ ਸਕਰੀਨ ਹੋਵੇ ਗੱਡੀ ਚ ਸੋ ਸਕਰੀਨ ਹੈਗੀ ਆ ਬੀ ਐਮ ਡਬਲਯੂ ਆਈ ਡਰਾਈਵ ਕੈਦਰ ਹੁੰਦੇ ਆ ਜੰਨੂ ਐਂਡ ਬੈਕਅਪ ਕੈਮਰਾ ਵੀ ਹੈਗਾ ਹਾਰਮਨ ਗਾਰਡਨ ਦੇ ਸਪੀਕਰ ਲੱਗੇ ਹੋਏ ਆ ਰੈੱਡ ਇੰਟੀਰੀਅਰ ਆ ਕੀ ਬਾਤ ਹੈ ਜੀ ਰੈਡ ਇੰਟੀਰੀਅਰ ਕਈਆਂ ਨੂੰ ਬਹੁਤ ਫੈਸੀਨੇਟਡ ਹੁੰਦੇ ਆ ਰੈਡ ਇੰਟੀਰੀਅਰ ਮਿਲ ਜਾਏ ਤੁਹਾਨੂੰ ਇਹ ਪ੍ਰਾਈਸ ਪੁਆਇੰਟ 'ਚ 16000 ਦੇ ਵਿੱਚ ਤੁਹਾਨੂੰ ਰੈਡ ਇੰਟੀਰੀਅਰ ਵੀ ਮਿਲ ਰਿਹਾ ਸੋ ਇਹ ਇੱਕ ਮੈਨ ਲੱਗਦਾ ਪਲੱਸ ਪੁਆਇੰਟ ਵੀ ਆ ਐਂਡ ਫਿਰ ਇੱਕ ਗੱਲ ਦੁਬਾਰਾ ਕਹਿ ਰਿਹਾ ਮੈਂ ਬਿਲਕੁਲ ਵੀ ਆਊਟਡੇਟਡ ਨਹੀਂ ਲੱਗਦੀ ਤੇ ਪਿੱਛੋਂ ਇਦਾਂ ਦੀਆਂ ਫਿਰ ਇਹਦਾ ਨਵੀਂ ਦਾ ਪ੍ਰਾਈਸ 50000 ਡਾਲਰ ਆ ਇਹ ਤੁਹਾਨੂੰ 16000 ਚ ਮਿਲ ਰਹੀ ਆ ਸੋ ਮੈਨੂੰ ਲੱਗਦਾ ਇਹ ਬਾਰਗੇਨ ਆ ਇੰਨੇ ਪ੍ਰਾਈਸ ਦੇ ਵਿੱਚ ਇੱਕ ਆ ਮੈਂ ਲੱਭੀ ਆ ਫੋਰਡ ਮਸਟੈਂਗ 2016 ਮਾਡਲ ਆ ਇਹ ਟੂ ਡੋਰਾ V6a ਐਂਡ ਨਵੀ ਸੇਪਾਲੀਆ ਸਭ ਤੋਂ ਪਹਿਲੀ ਗੱਲ ਐਂਡ 1.75 ਲੱਖ ਦੀ ਲੱਗਿਆ ਮਨ ਦਾ ਇਹਦਾ ਇੱਥੇ ਲਿਖਿਆ ਆ ਕਿ ਬੈਕ ਬੰਪਰ ਇਹਦਾ ਰਿਪਲੇਸ ਕੀਤਾ ਆ ਤੇ ਵਿੰਡਸ਼ੀਲ ਕ੍ਰੈਕ ਸੀਗੀ ਸੋ ਇਹ ਸਿਰਫ 52000 ਚੱਲਦੀ ਆ 52000 ਕਿਲੋਮੀਟਰ ਤੇ ਇਹਦੀਆਂ ਫੋਟੋਜ਼ ਇਦਾਂ ਆ ਮੇਰਸਾਨੋ ਦੇਖਨ ਨੂੰ ਤਾਂ ਸਹੀ ਲੱਗ ਰਹੀ ਆ ਬਾਕੀ ਕਈ ਲੋਕ ਕੀ ਥੋੜਾ ਜੱਕਦੇ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਗੱਡੀ ਦਾ ਬੰਪਰ ਬਦਲਾਇਆ ਹੈ ਤਾ ਕਰ ਕੇ ਵੀ ਥੋੜੀ ਸਸਤੀ ਆ 17500 ਦਿਆ ਇਹ ਵੀ ਤੁਸੀਂ ਇੱਕ ਵਾਰੀ ਕਨਸਿਡਰ ਕਰ ਸਕਦੇ ਹੋ ਇਹ ਮੈਨੂਅਲ ਆ ਇਹ ਗੱਲ ਧਿਆਨ ਚ ਰੱਖਿਓ ਐਂਡ ਫੇਰ 6 ਸਿਲੰਡਰ ਇੰਜਨ ਆ ਇਹਦਾ ਐਂਡ 300 ਹਾਰਸ ਪਾਵਰ ਆ 3.7 ਲੀਟਰ ਆ ਆਈ ਥਿੰਕ ਵਧੀਆ ਕੰਮ ਆ ਇਹ ਵੀ ਐਂਡ ਇੱਕ ਫੇਰ ਮੈਂ ਕਹ ਤੁਹਾਡੇ ਲਈ ਇੱਕ V8 ਵੀ ਚਾਹੀਦੀ ਆ ਕਿਉਂਕਿ ਇੰਜਨ 8 ਸਿਲੰਡਰ ਦਾ ਤਰਤੀਬ ਪੱਟਦਾ ਫਿਰ ਇਹ ਮਟਿਆਰੇ ਇਹ ਵੀ ਜ਼ਰੂਰੀ ਆ ਕੰਮ ਸੋ ਦੋਸ ਆ 10 ਮਾਡਲ ਕਮੈਰੋ ਲੱਭੀਆ ਮੈਂ ਤੁਹਾਡੇ ਲਈ 7.500 ਡਾਲਰ ਦੀ ਆ ਐਂਡ ਵੀ 8 ਆ 426 ਹਸ ਪਾਵਰ ਐਂਡ 420 ਪਾਉਂਡ ਫੀਟ ਆਫ ਟਾਰਕ ਹੈ ਦੇਚ ਐਂਡ ਸਨਰੂਫ ਵੀ ਲੱਗੀ ਆ ਚੱਲੀ ਵੀ ਜ਼ਿਆਦਾ ਨਹੀਂ ਆ 2010 ਦੇ ਹਿਸਾਬ ਨਾਲ ਬਲੈਕ ਸਟ੍ਰਾਈਪਸ ਲੱਗੀਆਂ ਅਲੋਏ ਵੀ ਬੀ ਸੋਹਣਿਆ ਸਨਰੂਫ ਲੱਗੀ ਆ ਤੇ ਸਪੀਡੋਮੀਟਰ ਥੋੜਾ ਆਊਟਡੇਟਿਡ ਲੱਗਦਾ ਪੁਰਾਣਾ ਆ ਸੋ ਆਪਾਂ 익ਸਪੈਕਟ ਕਰਾਂਗੇ ਥੋੜਾ ਪੁਰਾਣਾ ਹੋਊਗਾ ਪਿੱਛੋ ਲਾਈਟ ਆ ਸਾਰੀਆਂ ਬਲਬ ਆ ਕੋਈ LED ਨਹੀਂ ਆ ਐਂਡ ਬਲੈਕ ਲੈਦਰ ਸੀਟਸ ਆ ਕਿਉਂਕਿ ਐਸ ਐਸ ਆ ਮੈਨੂਅਲ ਆ ਤੇ ਭੱਜ ਦੀ ਬਾਤ ਆ ਜੀ ਇਹ ਤੁਹਾਨੂੰ ਮੈਂ ਇਹ ਗੱਲ ਦੱਸਦਾ ਐਸ ਐਸ ਆ ਨਾਲੇ ਤੇ ਇਹਦਾ ਸਟੀering ਵੀ ਕਮੈਰੋ ਲਿਖਿਆ ਆ ਜਿਹੜਾ ਇਹ ਤੋਂ ਅਗਲਾ ਮਾਡਲ ਸੀਗਾ ਉਹਦਾ ਜਿੱਦਾਂ ਸ਼ੈਵਲੇਟ ਦੀ ਕਰੂਜ਼ ਆ ਉਦਾਂ ਦਾ ਸਟੀering ਵੀਲ ਸੀਗਾ ਸੋ ਇਹ ਪਲੱਸ ਪੁਆਇੰਟ ਆ ਵੀ ਸਟੀering ਵੀਲ ਵੀ ਕੈਂਟ ਆ ਅੰਦਰੋਂ ਠੀਕ ਆ ਥੋੜੀ ਪ੍ਰਾਣੀ ਹੋ ਗਈ ਆ ਤੁਸੀਂ ਜਿਹੜਾ ਦਾ ਸਟੀਰੀਓ ਸਿਸਟਮ ਆ ਉਹ ਟੱਚ ਸਕਰੀਨ ਲਵਾ ਸਕਦੇ ਹੋ 3-4 ਸੋਡਾ ਦਰ ਬਾਹਰ ਵੱਧ ਦੇ ਕੇ so i think a great deal a cording to me ਤੁਸੀਂ ਇਹ ਵੀ ਚੈੱਕ ਆਊਟ ਕਰ ਸਕਦੇ ਹੋ ਜੇ ਤੁਸੀਂ ਕਨਸਿਡਰ ਕਰ ਰਹੇ ਹੋ ਜੇ ਬਾਈ ਕਰਨੀਆਂ ਫਿਰ ਉਸ ਤੋਂ ਬਾਅਦ ਆਈ ਦੀ ਜੀ ਆਪਣੀ ਚੈਲੰਜ ਚਾਰਜਰ ਸੌਰੀ ਚਾਰਜਰ ਵੀ ਲੱਗੀ ਹੋਈ ਆ 7.5 17000 ਡਾਲਰ ਦੀ ਆ 15 ਮਾਡਲ ਆ 1 ਲੱਖ 15000 ਚੱਲੀ ਹੋਈ ਆ ਐਂਡ ਜਪੇ ਦੀਆਂ ਫੋਟੋਸ ਦੇਖੀਏ ਇਹ ਤਾਂ ਬਿਲਕੁਲ ਨਹੀਂ ਆਊਟਡੇਟਡ ਬਿਲਕੁਲ ਨਵੀਂ ਸ਼ੇਪ ਵਰਗੀ ਆ ਜਿੱਦਾਂ ਦੀ ਨਵੀਂ ਆਉਂਦੀ ਆ ਐਂਡ ਪ੍ਰੋਜੈਕਟਰ ਹੈਡਲੈਂਸ ਲੱਗ ਗਿਆ LED ਲੱਗੀ ਆ क्रोम अलॉय व्हील क्रोम ਨਹੀਂ ਥੋੜੇ সিলਵਰ ਜੇ ਅਲॉय व्हीਲ ਆ ਐਂਡ ਜਬਾ ਫੋਟੋਸ 'ਚ ਦੇਖੀਏ ਵੀ ਬਿਲਕੁਲ ਆਊਟਡੇਟਡ ਨਹੀਂ ਆ ਇਹਦਾ ਪਲੱਸ ਪੁਆਇੰਟ ਇਹ ਆ ਇੰਟੀਰੀਅਰ 'ਚ ਆਪਾਂ ਦੇਖੀਏ ਲੈਦਰ ਰੈਪ ਸਟੀਅਰਿੰਗ ਵੀ ਮਿਲ ਜਾਣਾ ਆਪਾਂ ਨੂੰ ਟੱਚ ਸਕ੍ਰੀਨ ਲੱਗਾਇਆ ਸਾਰਾ ਕੁਝ ਮੇਨ ਜੋ ਚਾਹੀਦਾ ਹੁੰਦਾ ਆਪਾਂ ਨੂੰ ਮੁੰਡਿਆਂ ਖੁੰਡਿਆਂ ਨੂੰ ਵੀ ਹੈਗਾ ਆ ਸਨੈਪ ਚੈਟ ਟਾਈਪ ਹੈਗਾ ਆ ਇੰਟੀਰੀਅਰ ਇਹਦਾ ਠੀਕ ਆ ਜੀ ਐਂਡ ਗੇਜ ਕਲਸਟਰ ਇਹਦਾ ਦਾ ਲੱਗਦਾ ਆ ਇਹ ਵੀ ਤੁਸੀਂ ਕੰਸੀਡਰ ਕਰ ਸਕਦੇ ਹੋ ਬਾਈ ਕਰਨ ਲਈ ਇਹਦਾ ਇਹਦੀ ਹਾਰਸਪਾਵਰ ਹੈ ਜੀ 292 ਹਾਰਸਪਾਵਰ ਹੈ ਇਹਦੀ ਐਂਡ V6 ਇੰਜਨ ਆਇਆ ਦਾ ਸੋ ਜੇ ਤੁਸੀਂ ਇਹ ਬਾਇ ਕਰਨਾ ਚਾਹੁੰਦੇ ਹੋ ਇੱਕ ਤੋਂ ਬਾਅਦ ਆ ਜਾਂਦੀ ਹੈ ਜੀ ਡੋਜ ਦੀ ਚੈਲੈਂਜਰ ਇਹ ਵੀ ਫੇਵਰਿਟ ਕਾਰ ਆ ਸਟੂਡੈਂਟਸ ਨੂੰ ਬਹੁਤ ਕਹਿਣ ਲੱਗਦੀ ਹੈ ਗੱਡੀ ਤੇ ਹੈ ਵੀ ਅਸਲ ਚ ਘੈਂਟ ਆ 2014 ਮਾਡਲ ਆ ਫੇਅਰਲੀ ਠੀਕ ਲੱਗਦੀ ਆ ਮੇਰੇ ਹਿਸਾਬ ਨਾਲ ਆਊਟਡੇਟਡ ਤੇ ਬਿਲਕੁਲ ਨਹੀਂ ਲੱਗ ਰਹੀ ਐਂਡ ਇਹ ਮੈਨੂੰ ਇਹ ਨਹੀਂ ਪਤਾ ਇਹਦੇ ਤੇ ਇਹਨੇ SRT ਵਾਲੇ ਬੈਜ ਕਿਉਂ ਲਾਏ ਹੋਇਆ ਇਹ SRT ਨਹੀਂ ਆ ਐਂਡ ਦਾ 3.6 ਲੀਟਰ V6 ਇੰਜਨ ਆ ਅੰਜ ਜੇ ਆਪਾਂ ਇਹਦੀ ਫੋਟੋਜ਼ ਦੀ ਗੱਲ ਕਰੀਏ ਇੱਕ ਹੋਰ ਪਲੱਸ ਪੁਆਇੰਟ ਹੈਗਾ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਦੱਸਦਾ ਆ ਫੌਗ ਲੈਂਪਸ ਲੱਗੀਆਂ ਆ ਇਹਦੇ ਤੁਸੀਂ ਪ੍ਰੋਜੈਕਟਰ ਲਵਾ ਸਕਦੇ ਹੋ ਚੇਂਜ ਕਰਾ ਸਕਦੇ ਹੋ ਬਾਹਰੋਂ ਕੋਈ ਵੱਡੀ ਗੱਲ ਨਹੀਂ ਆ ਅੰਜ ਜੇ ਆਪਾਂ ਇਹਦੀ ਫੋਟੋਜ਼ ਦੇਖੀਏ ਪਿੱਛੋਂ ਥੋੜੀ ਆਊਟਡੇਟਡ ਲੱਗਦੀ ਆ ਪਰ ਠੀਕ ਆ ਮੇਰੇ ਹਿਸਾਬ ਨਾਲ ਅੰਜ ਜੇ ਆਪਾਂ ਇਹਦੇ ਇੰਟੀਰੀਅਰ ਦੀ ਗੱਲ ਕਰੀਏ ਇੰਟੀਰੀਅਰ ਰੈੱਡ ਇੰਟੀਰੀਅਰ ਹੈ ਯਾਰ ਫੇਰ ਮੈਂ ਕਹਿ ਰਿਹਾ ਰੈਡ ਇੰਟੀਰੀਅਰ ਤੇ ਕਈਆਂ ਨੂੰ ਬਹੁਤ ਪਸੰਦ ਹੁੰਦਾ ਆ ਰੈਡ ਇੰਟੀਰੀਅਰ ਨਾਲ ਲੱਗਦਾ ਵੀ ਥੋੜੀ ਪ੍ਰੀਮੀਅਮ ਕਾਰ ਚਲਾ ਰਹੇ ਤੁਸੀਂ ਗੱਡੀ ਸਾਫ਼ ਆ 14 ਮਾਡਲ ਦੇ हिसाब ਨਾਲ ਕਈ ਵਰੀ ਲੈਦਰ ਟੀਅਰ ਆਫ ਉਹਨਾਂ ਲੱਗ ਪੈਂਦਾ ਆ ਲੈਦਰ ਟੀਅਰ ਆਫ ਨਹੀਂ ਆਇਆ ਦਾ ਅੰਦਰ ਇੰਟੀਰੀਅਰ ਵੀ ਦੇਖੀ ਆਪਾਂ ਸਕਰੀਨ ਲੱਗੀ ਆ ਵਾਈਟ ਕਲਰ ਦੇ ਗੇਜਸ ਆ ਇਹਦੇ ਆਟੋਮੈਟਿਕ ਆ ਹੋਰ ਆਪਾਂ ਨੂੰ ਕੀ ਚਾਹੀਦਾ ਵੀਰੇ ਮੈਨੂੰ ਦੱਸੋ ਕੀ ਚਾਹੀਦਾ ਤੁਹਾਨੂੰ ਠੀਕ ਆ ਤੇ ਆਈ ਥਿੰਕ ਸੋ ਕਿ ਇਹ ਘੈਂਟਾ ਕੰਮ ਏ ਵੀ ਅੰਜਪਾ ਦੇਖੀਏ ਦੇਚ ਹੀਟਡ ਸੀਟਸ ਵੀ ਲੱਗੀਆਂ ਆ ਸਪੋਰਟਸ ਮੋਡ ਵੀ ਹੈਗਾ ਆ ਸਪੋਰਟਸ ਮੋਡ ਚਾਲਾਂ ਮੜ ਲਿਖਿਆ ਗਿਆ ਸੋ ਆਟੋਮੈਟਿਕ ਆ ਸਭ ਤੋਂ ਵੱਡੀ ਗੱਲ ਪੈਡਲ ਸ਼ਿਫਟਰਸ ਨਹੀਂ ਹੈਗੇ ਤੁਸੀਂ ਦੇਖ ਸਕਦੇ ਹੋ ਡੀ ਤੇ ਪਲੱਸ ਮਾਈਨਸ ਲੈ ਕੇ ਆ ਲੈਫਟ ਰਾਈਟ ਕਰਕੇ ਹੋਣਾ ਆ ਗিয়ার ਚੇਂਜ ਸਨਰੂਫ ਵੀ ਲੱਗੀ ਹੋਈ ਆ ਇਹਦੇ ਚ ਸੋ ਓਵਰ ਆਲ ਮੇਰੇ ਸਾਹਮਣੇ ਘੈਂਟ ਆ ਗੱਡੀ ਇਹ ਚੱਲੀ ਵੀ 1 ਲੱਖ 7000 ਰੁਪਈਆ ਸੋ ਮੇਰੇ ਸਾਹਮਣੇ ਜੇ ਤੁਸੀਂ ਬਾਇ ਕਰਨੀਆਂ ਤੁਸੀਂ ਇਹ ਗੱਡੀਆਂ ਕਨਸਿਡਰ ਕਰ ਸਕਦੇ ਹੋ ਟੈਂਟੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਦੇਖ ਕੇ ਬਾਇ ਕਰਿਓ ਚਲਾ ਕੇ ਇੱਕ ਵਾਰੀ ਜਦੋਂ ਵੀ ਕਾਰ ਬਾਇ ਕਰਨੀ ਆ ਰਸ਼ ਨਾ ਕਰਿਓ ਕਾਰ ਬਾਇ ਕਰਨੀ ਹੋਏ ਤੇ ਅਗਲੀ ਵੀਡੀਓ ਆਉਗੀ ਕਾਰਸ ਦੇ ਉੱਤੇ ਆਉਗੀ ਮੇਰੇ ਸਾਹਮਣੇ ਪਰ ਟਰਾਈ ਕਰਾਂਗੇ ਹੁਣ ਜਿਹੜੀਆਂ ਗਲਤੀਆਂ ਹੋ ਗਈਆਂ ਵੀਡੀਓਸ 'ਚ ਇੰਪਰੂਵ ਕਰਨ ਦੀਆਂ ਥੈਂਕ ਯੂ ਫॉर ਵਾਚਿੰਗ ਆਪਾਂ ਅਗਲੇ ਵੀਡੀਓ 'ਚ ਵਲੌਗ 'ਚ ਮਿਲਦੇ ਹਾਂ ਠੀਕ ਆ ਥੈਂਕ ਯੂ ਜੀ